ਸਿਹਤ ਵਿਭਾਗ ਦਾ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਅੰਮ੍ਰਿਤਸਰ ਫਿਰ ਚਰਚਾ 'ਚ ਹੈ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਡਾਕਟਰ ਵੱਲੋਂ ਜੋ ਕੰਮ ਕੀਤਾ ਗਿਆ ਉਸ ਨੂੰ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ। ਹਸਪਤਾਲ 'ਚ ਜਨੇਪੇ ਲਈ ਆਈ ਇੱਕ ਔਰਤ ਦੀ ਉਸ ਨੂੰ ਦੱਸੇ ਬਿਨਾਂ ਹੀ ਨਸਬੰਦੀ ਕਰ ਦਿੱਤੀ ਗਈ। ਮਰੀਜ਼ ਦੇ ਪਰਿਵਾਰ ਨੇ ਜਦੋਂ ਹੰਗਾਮਾ ਕੀਤਾ ਤਾਂ ਸਟਾਫ ਨੇ ਕੁਝ ਦੇਰ ਬਾਅਦ ਚੁੱਪ ਚੁਪੀਤੇ ਨਸਬੰਦੀ ਖੋਲ ਦਿੱਤੀ। ਨਸਬੰਦੀ ਤੋਂ ਬਾਅਦ ਕਾਫੀ ਖੂਨ ਵਗਣ ਕਾਰਨ ਆਰਤੀ ਕਾਫੀ ਕਮਜ਼ੋਰ ਹੋ ਗਈ ਹੈ। ਪਰਿਵਾਰ ਵਾਲਿਆਂ ਨੇ ਉਕਤ ਦੇ ਇਲਾਵਾ ਹੋਰ ਕਈ ਗੰਭੀਰ ਦੋਸ਼ ਹਸਪਤਾਲ ਪ੍ਰਸ਼ਾਸਨ ਤੇ ਲਾਉਂਦਿਆਂ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਤੇ ਕਈ ਸਵਾਲੀਆ ਨਿਸ਼ਾਨ ਲਾਏ ਨੇ।